ਸਾਡੇ ਕੋਲ ਚਰਖੇ ਨੇ, ਪੁਰਾਣੇ ਰੇਡੀਓ ਨੇ, ਇਹ ਸਾਰੀਆਂ ਚੀਜ਼ਾਂ ਆਪਾਂ ਆਪਣੇ ਫਾਦਰ ਸਾਹਿਬ ਕੋਲ ਪੁੱਛੀਆਂ, ਆਪਣੇ ਦਾਦਾ ਜੀ ਕੋਲ ਪੁੱਛੀਆਂ ਕਿ ਉਹ ਆਪਣੇ ਟਾਈਮ 'ਚ ਕੀ ਚੀਜ਼ਾਂ ਦੇਖਦੇ ਸੀ, ਕੀ ਐਕਸਪੀਰੀਅੰਸ ਸੀ ਹੁੰਦਾ, ਫਿਰ ਉਹ ਸਾਰਾ ਐਕਸਪੀਰੀਅੰਸ ਆਪਾਂ ਮਿਲਾ ਕੇ ਅਤੇ ਇਹ ਜਗ੍ਹਾ ਤਿਆਰ ਕੀਤੀ ਹੈ ਜੀ। ਪਿੰਡਾਂ 'ਚੋਂ ਜਨਾਨੀਆਂ ਇਕੱਠੀਆਂ ਕੀਤੀਆਂ, ਜਿੱਦਾਂ ਆਪਣੀਆਂ ਪੁਰਾਣੀ ਮਾਤਾ ਹੋ ਗਈਆਂ, ਉਹਨਾਂ ਨੂੰ ਨੌਲੇਜ ਸੀਗੀ ਕਿ ਕਿੱਦਾਂ ਮਿੱਟੀ ਬਣਾਉਣੀ ਆ ਅਤੇ ਕਿੱਦਾਂ ਲੇਪਾ ਪੋਚੀ ਕਰਨੀ ਆ, ਇਹ ਸਭ ਨੌਲੇਜ ਉਹਨਾਂ ਨੂੰ ਸੀਗੀ। ਅਤੇ ਆਪਾਂ ਉਹਨਾਂ ਨੂੰ ਬੁਲਾਇਆ ਅਤੇ ਉਹਦੇ ਕੋਈ ਸਾਰਾ ਕੰਮ ਡੈਕੋਰੇਸ਼ਨ ਵਗੈਰਾ ਸਭ ਕੁਛ ਉਹਨਾਂ ਨੇ ਖੁਦ ਤਿਆਰ ਕੀਤਾ, ਸਾਡੇ ਪੁਰਾਣੇ ਬਜ਼ੁਰਗਾਂ ਨੇ ਜਿਹੜੇ। ਤਾਂ ਚਲੋ ਪੁਰਾਣੇ ਜ਼ਮਾਨੇ ਦੇ ਹੈਗੇ ਸਾਡੇ ਫਾਦਰ ਸਾਹਿਬ ਦੇ ਟਾਈਮ ਦੇ, ਉਹਨਾਂ ਨੂੰ ਤਾਂ ਚੀਜ਼ਾਂ ਪਤਾ, ਬਟ ਯੂਥ ਜਿੱਦਾਂ ਕਿ ਆਪਾਂ ਸਾਨੂੰ ਖੁਦ ਇੰਨੀ ਨੌਲੇਜ ਨਹੀਂ ਸੀ। ਜਦੋਂ ਤਾਂ ਆਪਾਂ ਇਹ ਕੰਸੈਪਟ ਸ਼ੁਰੂ ਕੀਤਾ, ਸਾਨੂੰ ਹੁਣ ਹੌਲੀ ਹੌਲੀ ਨੌਲੇਜ ਹੋਣੀ ਸ਼ੁਰੂ ਹੋਈ ਆ, ਅਤੇ ਆਪਾਂ ਇਹੀ ਅਵੇਅਰਨੈਸ ਇਸ ਪ੍ਰੋਜੈਕਟ ਦੇ ਥਰੂ ਹੋਰ ਬੱਚਿਆਂ 'ਚ ਵੀ ਫੈਲਾਉਣਾ ਚਾਹੁੰਦੇ ਹਾਂ। ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ, ਇਹ ਕਿਸੇ ਪਿੰਡ ਦੀਆਂ ਨਹੀਂ ਬਲਕਿ ਪਠਾਨਕੋਟ ਸ਼ਹਿਰ ਦੀਆਂ ਤਸਵੀਰਾਂ ਨੇ, ਅਤੇ ਇਹ ਥਾਂ ਨੂੰ ਵਿਕਸਿਤ ਕੀਤਾ ਹੈ ਪਠਾਨਕੋਟ ਦੇ ਹੀ ਰਹਿਣ ਵਾਲੇ ਇੱਕ ਨੌਜਵਾਨ ਗੁਰਪ੍ਰੀਤ ਸਿੰਘ ਨੇ। ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਸੋਹਣਾ ਪਿੰਡ ਜਿਹੜਾ ਤਿਆਰ ਕੀਤਾ ਗਿਆ ਹੈ, ਜਿਸ ਦੇ ਵਿੱਚ ਜਿਵੇਂ ਜਿਵੇਂ ਪਹਿਲਾਂ ਪਿੰਡ ਦੇ ਵਿੱਚ ਕੱਚੀਆਂ ਕੰਧਾਂ ਹੁੰਦੀਆਂ ਸੀ, ਉਸੇ ਤਰ੍ਹਾਂ ਇੱਥੇ ਕੱਚੀਆਂ ਕੰਧਾਂ ਤਿਆਰ ਕੀਤੀਆਂ ਗਈਆਂ। ਦਰਵਾਜ਼ਿਆਂ ਦੀ ਗੱਲ ਕਰੀਏ ਜਾਂ ਹੋਰ ਚੀਜ਼ਾਂ ਦੀ ਗੱਲ ਕਰੀਏ, ਉਹੀ ਪੁਰਾਣਾ ਕੰਸੈਪਟ ਇਹਨਾਂ ਨੇ ਫੜਿਆ। ਕਿਉਂ ਇਹ ਚੀਜ਼ਾਂ ਤਿਆਰ ਹੋਈਆਂ, ਆਪਾਂ ਗੱਲਬਾਤ ਕਰਨ ਦੇ ਲਈ ਸਾਡਾ ਪਰਮਿੰਦਰ ਜੀ ਹੈ, ਉਹਨਾਂ ਦੇ ਕਜ਼ਨ। ਪਰਮਿੰਦਰ ਜੀ, ਪਹਿਲਾਂ ਇਸ ਬਾਰੇ ਥੋੜ੍ਹਾ ਦੱਸ ਦਿਓ, ਕਿਵੇਂ ਇਸ ਮਨ ਦੇ ਵਿੱਚ ਤੁਹਾਡੇ ਇਹ ਖਿਆਲ ਆਇਆ ਕਿ ਅਜਿਹਾ ਇੱਕ ਕੰਸੈਪਟ ਬਣਾਇਆ ਜਾਵੇ, ਅਤੇ ਕਿਉਂ? ਜੀ, ਮੈਂ ਆਪਣੀ ਸਟੱਡੀ ਕੰਪਲੀਟ ਕਰਨ ਤੋਂ ਬਾਅਦ ਸੋਚ ਰਿਹਾ ਸੀ ਕਿ ਅਬਰੋਡ ਨੂੰ ਆਪਣਾ ਫਰਦਰ ਸਟੱਡੀ ਲਈ ਜਾਈਏ, ਬਟ ਮੇਰੇ ਪਾਪਾ ਇਹ ਗੱਲ ਤੋਂ ਐਗਰੀ ਨਹੀਂ ਸੀ। ਉਹਦਾ ਮੰਨਣਾ ਇਹ ਸੀ ਕਿ ਜਿਹੜਾ ਆਪਾਂ ਪੈਸਾ ਬਾਹਰ ਜਾਣ ਲਈ ਇਨਵੈਸਟ ਕਰਨਾ, ਉਹ ਸਭ ਤੋਂ ਵਧੀਆ ਕਿ ਆਪਾਂ ਆਪਣੇ ਏਰੀਏ 'ਚ ਇਨਵੈਸਟ ਕਰੀਏ, ਤਾਂ ਕਿ ਆਪਾਂ ਆਪਣੇ ਪਰਿਵਾਰ ਦੇ ਲਾਗੇ ਰਹਿ ਸਕੀਏ, ਅਤੇ ਨਾਲ ਹੀ ਜਿਹੜਾ ਪੈਸਾ ਆਪਾਂ ਬਾਹਰ ਇਨਵੈਸਟ ਕਰਾਂਗੇ, ਉਹ ਸਾਡਾ ਇੰਨੀ ਛੇਤੀ ਵਾਪਸ ਮੁੜਨਾ ਵੀ ਨਹੀਂ ਆ, ਕਿਉਂਕਿ 30-40 ਲੱਖ ਰੁਪਈਆ ਲਾ ਕੇ ਜੇ ਆਪਾਂ ਬਾਹਰ ਜਾਵਾਂਗੇ ਅਤੇ ਫਿਰ ਆਪਾਂ ਫੀਸਾਂ ਵੀ ਦੇਵਾਂਗੇ, ਅਤੇ ਉਹ ਇੰਨੀ ਗੱਲਬਾਤ ਵਧੀਆ ਬਣਦੀ ਨਹੀਂ। ਹੁਣ ਆਪਾਂ ਇੱਥੇ ਪੈਸਾ ਲਾਇਆ ਜਿਹਦਾ ਸਾਨੂੰ ਬਹੁਤ ਵਧੀਆ ਟਰਨ ਓਵਰ ਆ ਰਿਹਾ। ਸਾਡਾ ਕੰਮ ਸਟਾਰਟਿੰਗ 'ਚ ਥੋੜ੍ਹਾ ਜਿਹਾ ਚਲੋ ਦਿੱਕਤ ਹਰ ਕੰਮ 'ਚ ਆਉਂਦੀ ਆ, ਪਰ ਹੁਣ ਸਾਡਾ ਕੰਮ ਬਹੁਤ ਹੀ ਜ਼ਿਆਦਾ ਸਮੂਥ ਚੱਲ ਰਿਹਾ, ਕਿਉਂਕਿ ਹੁਣ ਬਹੁਤ ਲੋਕ ਅਵੇਅਰ ਹੋ ਗਏ ਨੇ, ਸਪੈਸ਼ਲੀ ਜਿਹੜੇ ਪ੍ਰੀ ਵੈਡਿੰਗ ਸ਼ੂਟ ਕਰਾਉਂਦੇ ਨੇ ਅਤੇ ਜਿੰਦਾ ਨੇ ਆਪਣਾ ਲਾਈਕ ਗਾਣੇ ਸ਼ੂਟ ਕਰਨੇ ਹੋਣ, ਸਭ ਸਾਡੇ ਕੋਲ ਕੰਟੈਕਟ ਕਰ ਰਹੇ ਨੇ, ਸਾਡੇ ਕੋਲ ਹੀ ਆਉਂਦੇ ਨੇ। ਰਵਿੰਦਰ ਜੀ, ਇੱਕ ਚੀਜ਼, ਕਿਉਂਕਿ ਅਸੀਂ ਦੇਖ ਰਹੇ ਹਾਂ ਤੁਹਾਡੀ ਉਮਰ ਬਹੁਤ ਛੋਟੀ ਹੈ ਅਜੇ, ਲੇਕਿਨ ਜੇਕਰ ਸਮਾਨ ਦੀ ਗੱਲ ਕਰੀਏ ਤਾਂ ਬਹੁਤ ਪੁਰਾਣੀਆਂ ਚੀਜ਼ਾਂ ਇੱਥੇ ਨਜ਼ਰ ਆ ਰਹੀਆਂ, ਚਾਹੇ ਰੇਡੀਓ ਦੀ ਗੱਲ ਕਰ ਲਈਏ, ਟੈਲੀਵਿਜ਼ਨ ਦੀ ਗੱਲ ਕਰ ਲਈਏ, ਚਰਖੇ ਦੀ ਗੱਲ ਕਰ ਲਈਏ, ਬਾਣ ਵਾਲੇ ਮੰਜੇ 'ਤੇ ਆਪਾਂ ਬੈਠੇ ਹੋਏ ਹਾਂ, ਤੁਹਾਨੂੰ ਕਿਵੇਂ ਇਹ ਸਾਰੀਆਂ ਚੀਜ਼ਾਂ ਦੇ ਬਾਰੇ ਪਤਾ ਲੱਗਿਆ, ਥੋੜ੍ਹਾ ਇਸ ਬਾਰੇ? ਵੈਲ, ਫਸਟ ਆਫ ਆਲ ਤਾਂ ਸਾਨੂੰ ਇੰਨੀ ਨੌਲੇਜ ਨਹੀਂ ਸੀ ਸਾਡੇ ਪੁਰਾਣੇ ਕਲਚਰ ਬਾਰੇ, ਬਟ ਸਾਡੇ ਜਿੱਦਾਂ ਕਿ ਫਾਦਰ ਸਾਹਿਬ ਨੇ, ਦਾਦਾ ਜੀ ਨੇ, ਇੰਨਾ ਕੁ ਆਪਾਂ ਨੌਲੇਜ ਲਈ ਕਿ ਤੁਹਾਡੇ ਟਾਈਮ 'ਚ ਕੀ ਕੀ ਚੀਜ਼ਾਂ ਹੁੰਦੀਆਂ ਸੀ। ਲਾਈਕ ਆਪਾਂ ਟੈਲੀਵਿਜ਼ਨ ਲਿਆਂਦਾ ਇੱਕ, ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਪਿਛਲੀ ਸਾਈਡ ਤੁਹਾਡੇ ਰੱਖਿਆ ਹੋਇਆ, ਇਹ ਸਾਡੇ ਦਾਦਾ ਜੀ ਨੇ ਸਾਨੂੰ ਰੈਕਮੈਂਡ ਕੀਤਾ ਸੀ ਕਿ ਤੁਸੀਂ ਇਹ ਚੀਜ਼ਾਂ ਲਿਆਓ, ਸਾਡੇ ਕੋਲ ਚਰਖੇ ਨੇ, ਪੁਰਾਣੇ ਰੇਡੀਓ ਨੇ, ਇਹ ਸਾਰੀਆਂ ਚੀਜ਼ਾਂ ਆਪਾਂ ਆਪਣੇ ਫਾਦਰ ਸਾਹਿਬ ਕੋਲ ਪੁੱਛੀਆਂ, ਆਪਣੇ ਦਾਦਾ ਜੀ ਕੋਲ ਪੁੱਛੀਆਂ ਕਿ ਉਹ ਆਪਣੇ ਟਾਈਮ 'ਚ ਕੀ ਚੀਜ਼ਾਂ ਦੇਖਦੇ ਸੀ, ਕੀ ਐਕਸਪੀਰੀਅੰਸ ਸੀ ਹੁੰਦਾ, ਫਿਰ ਉਹ ਸਾਰਾ ਐਕਸਪੀਰੀਅੰਸ ਆਪਾਂ ਮਿਲਾ ਕੇ ਅਤੇ ਇਹ ਜਗ੍ਹਾ ਤਿਆਰ ਕੀਤੀ ਹੈ ਜੀ। ਆਪਾਂ ਚਾਹੁੰਦੇ ਹਾਂ ਕਿ ਸਾਡੇ ਨਾਲ ਥੋੜ੍ਹਾ ਚੱਲ ਕੇ ਕੁਝ ਹੋਰ ਚੀਜ਼ਾਂ ਵੀ ਦਿਖਾਓ, ਨਾਲੇ ਆਪਾਂ ਆਪਣੇ ਦਰਸ਼ਕਾਂ ਨੂੰ ਦਿਖਾਉਣਾ ਚਾਹੁੰਦੇ ਹਾਂ ਕਿ ਪਹਿਲੇ ਜ਼ਮਾਨੇ ਦੇ ਵਿੱਚ ਦੀਵਾਰਾਂ, ਕਿਉਂਕਿ ਪਰਿਵਾਰ ਸਾਂਝੇ ਹੁੰਦੇ ਸੀ, ਛੋਟੀਆਂ ਛੋਟੀਆਂ ਦੀਵਾਰਾਂ ਹੁੰਦੀਆਂ ਸੀ, ਇਕੱਠੇ ਪਰਿਵਾਰ ਰਹਿੰਦੇ ਸੀ, ਉਹੀ ਪੂਰਾ ਕੰਸੈਪਟ ਜਿਹੜਾ ਇੱਥੇ ਦਿਖਾਇਆ ਗਿਆ, ਅਤੇ ਉੱਦਾਂ ਹੀ ਰਸੋਈਆਂ ਵੀ, ਕੱਚੀਆਂ ਰਸੋਈਆਂ ਤਿਆਰ ਕੀਤੀ ਸੀ। ਹਾਂਜੀ ਹਾਂਜੀ, ਕਿਉਂਕਿ ਜਦੋਂ ਆਪਾਂ ਵੀ ਛੋਟੇ ਸੀਗੇ ਉਦੋਂ ਸਾਡੇ ਘਰ 'ਚ ਵੀ ਇੱਕ ਇੱਦਾਂ ਦਾ ਚੌਂਕਾ ਜਿਹਨੂੰ ਕਹਿੰਦੇ ਆਪਾਂ ਪੰਜਾਬੀ 'ਚ, ਜੋ ਕਿ ਇੱਦਾਂ ਹੀ ਵਿਹੜੇ 'ਚ ਬਾਹਰ ਬਣਾਈ ਗਈ ਸੀ, ਅਤੇ ਸਾਰੀ ਫੈਮਲੀ ਜਿਹੜੇ ਆਪਾਂ ਰਾਤ ਨੂੰ ਖਾਣਾ ਖਾਂਦੇ ਸੀ, ਅਤੇ ਉੱਦਾਂ ਹੀ ਗਰਮ ਗਰਮ ਖਾਣਾ ਇੱਥੋਂ ਹੀ ਸਰਵ ਕੀਤਾ ਜਾਂਦਾ ਸੀ ਵਿਹੜੇ 'ਚੋਂ ਹੀ, ਅਤੇ ਬਸ ਆਪਾਂ ਉਹਦੀ ਇੱਕ ਝਲਕ ਇੱਥੇ ਤਿਆਰ ਕੀਤੀ ਹੈ ਜੀ। ਦਰਵਾਜ਼ੇ ਉਸੇ ਡਿਜ਼ਾਈਨ ਦੇ ਹੈ? ਹਾਂਜੀ, ਦਰਵਾਜ਼ੇ ਵੀ ਬਿਲਕੁਲ ਪੁਰਾਣੇ ਉੱਦਾਂ ਹੀ ਆ, ਜਿੱਦਾਂ ਸਾਡੇ ਫਾਦਰ ਸਾਹਿਬ ਉਹਨਾਂ ਨੇ ਦੱਸਿਆ ਸੀਗਾ ਕਿ ਲੱਕੜ ਦੇ ਦਰਵਾਜ਼ੇ ਸੀਗੇ, ਅਤੇ ਇੱਦਾਂ ਹੀ ਛੋਟੀ ਛੋਟੀ ਕੁੰਡੀਆਂ ਸੀਗੀਆਂ, ਕੋਈ ਬਹੁਤਾ ਫੈਂਸੀ ਚੀਜ਼ਾਂ ਨਹੀਂ ਸੀ, ਉਹੀ ਚੀਜ਼ ਸੇਮ ਟੂ ਸੇਮ ਆਪਾਂ ਤਿਆਰ ਕੀਤੀ ਹੈ ਜੀ। ਅਤੇ ਅਸੀਂ ਪਿੰਡਾਂ ਦੇ ਵਿੱਚ ਜਿੱਦਾਂ ਅੱਜ ਕੱਲ੍ਹ ਤਾਂ ਟਿਊਬਵੈੱਲ ਹੈਗੇ ਆ, ਸਭ ਕੁਝ ਖੂਹ ਵੀ ਬਣਾਇਆ ਗਿਆ ਤੁਹਾਡੇ ਵੱਲੋਂ, ਜਦੋਂ ਲੋਕ ਆਉਂਦੇ ਆ ਪ੍ਰੀ ਵੈਡਿੰਗ ਸ਼ੂਟ ਕਰਾਉਣ, ਉਹਨਾਂ ਦਾ ਕਿਵੇਂ ਦਾ ਰਿਐਕਸ਼ਨ ਆਉਂਦਾ ਜੀ? ਪਹਿਲੇ ਤਾਂ ਉਹ ਦੇਖ ਕੇ ਹੈਰਾਨ ਹੋ ਜਾਂਦੇ ਆ, ਕਿਉਂਕਿ ਉਹਨਾਂ ਨੇ ਇਹ ਚੀਜ਼ਾਂ ਲਾਈਫ 'ਚ ਐਕਸਪੀਰੀਅੰਸ ਨਹੀਂ ਕੀਤੀਆਂ, ਜਿਹੜੇ ਤਾਂ ਚਲੋ ਪੁਰਾਣੇ ਜ਼ਮਾਨੇ ਦੇ ਹੈਗੇ ਸਾਡੇ ਫਾਦਰ ਸਾਹਿਬ ਦੇ ਟਾਈਮ ਦੇ, ਉਹਨਾਂ ਨੂੰ ਤਾਂ ਚੀਜ਼ਾਂ ਪਤਾ, ਬਟ ਯੂਥ ਜਿੱਦਾਂ ਕਿ ਆਪਾਂ ਸਾਨੂੰ ਖੁਦ ਇੰਨੀ ਨੌਲੇਜ ਨਹੀਂ ਸੀ। ਜਦੋਂ ਤਾਂ ਆਪਾਂ ਇਹ ਕੰਸੈਪਟ ਸ਼ੁਰੂ ਕੀਤਾ, ਸਾਨੂੰ ਹੁਣ ਹੌਲੀ ਹੌਲੀ ਨੌਲੇਜ ਹੋਣੀ ਸ਼ੁਰੂ ਹੋਈ ਆ,
तो आप यही अवेयरनैस इस प्रोजैक्ट के थ्रू होर बच्चों से भी फैलाना चाहते हैं। आप परमिंदर जी हूँ थोड़े चल के एक वो जरा भी एरिया देख लें जिद एक वैसटर्न लुक दी गई है उसनों भी अपना थोड़ा देख लें। परमिंदर जी इस थान पर जिम्मे प्री वैडिंग वाले आते हैं बड़ा खूबसूरत कोई वैसटर्न जरा बनाया भी बड़ा वधिया है गाने वाले जां पंजाबी मूवीज जां होर जिहड़े फिल्म शॉर्ट मूवीज़ बनदियां उन्हां नाल भी कदी संपर्क होया तुहाडा? हाँ जी हाँ जी बिल्कुल जी लास्ट टाइम इत्थे बहुत सारे गाने की शूटिंग हुई है आई थिंक 11-12 गाने की शूटिंग इत्थे ऑलरेडी हो चुकी है तो स्पैशली इत्थे दा जिहड़ा वैस्टर्न कल्चर आपां जिहड़ा शो कीता ये काफ़ी पसंद कर रहे ने लोग। इहदे च होर की जिद्दां आपां देख रहे हैं गड्डी भी हैगी है होर की चीज़ां तुहाडे वल्लों इत्थे लगाईआं गईआं और लोकां दी वीडियो नूं होर निखारन दे लई? वैल जी स्पैशली आपां एक गड्डी तैयार की है ये एक विंटेज कार है ये आपां जलंधर तो तैयार करवाई है तो देखने च इहदी लुक भी काफ़ी वधिया तो स्पैशली इहनूं गाणे च बहुत ज़्यादा यूज़ किया जाता है ये गड्डी की डिमांड काफ़ी ज़्यादा तो ईजीली प्रोवाइड भी नहीं होंगी ये बहुत मुश्किल प्रोवाइड होंगी है तो स्पैशली इतने एक बार भी हैगा जिथे कि बहुत सारी शूटिंग ऑलरेडी हुई है तो स्पैशली गाने वाले बहुत ज़्यादा यूज़ करते हैं। जी हाडे को एक वाइट हाउस की लुक च भी मॉडल तैयार है जिथे तुम काफ़ी वधिया फोटो खिंच सकते हो तो नाल ही नाल उहदे नाल आपां एक किले की लुक का भी अरेंजमेंट किया जिदा तुम पुराने राजस्थान च किले ने उस हिसाब नाल भी आपां एक स्पैशल लोकेशन बनाई हुई है तो रात लई आपां स्पैशली एक वक्रा ही सैट बनाया हुआ जिथे प्रोपर लाइटिंग का इंतजाम है तो वो स्पेस भी थोड़ी साइड पर है उस रात च काफ़ी सोहना लगती है वो चीज़ देखने उत्थे प्रोपर लाइटिंग है तो नाल ही नाल अपने आस पास ये सैट कितने है भी नहीं भी जेडे पहले लोग अपने पठानकोट गुरदासपुर के बंदे भी सके उन्होंने व्डे शहर जाने पैंता सी जिदा चंडीगढ़ अमृतसर बट हूँ आप चीज़ जी पठानकोट ले आए हैं जिन्ना ता ट्रांसपोर्ट का खर्चा आता रहन सहन का खर्चा आता उन्ने जी आप इतने प्री वैडिंग शूट करवा देंगे यदा कोई इन्नी कोस्ट भी नहीं हैगी। जिमें तुसी शुरुआत दे विच भी कहा सी कि बाहर जाण दा तुहाडा मन सी फादर साहब ने कहा कि अपनी थां हैगी इत्थे शुरू किया जाए अज भी पंजाब दे विच बहुत सारे अजिहे नौजवान हैं जिन्हां दे थावां भी हैगे कोल लेकिन बाहर जाण दा उन्हां नूं रहिंदा चाह रहिंदा कुछ कहना चाहते इहो जिहे नौजवान जी ओपरचुनिटीज़ पंजाब च भी बहुत ने इंडिया च भी बहुत ने बट सानूं थोड़ा जिहा एफर्ट्स लाने पैणगे क्योंकि बाहर जाके भी सानूं घट्टो घट्ट 3-4 साल सैटलमेंट करते लग जाते हैं तो जे आपां पंजाब च ही 3-4 साल लाइए तो आप अपनी फैमिली के लागे भी रहेंगे तो काफ़ी ज़्यादा ओपरचुनिटीज़ ने गए जिदा हूँ आप प्री वैडिंग शूट का काम शुरू किया तो फार्मिंग च भी वधिया अर्न कर सकते हो तो होर भी काफ़ी सारे काम ने तो सानूं अपने इंडिया च रह के ही एफर्ट्स लाने चाहिए ने तो इत्थे अपना काम शुरू करना चाहिए। इस साढ़े नाल परविंदर जी जिन्होंने भारत में रह के एक वधिया मॉडल तैयार किया जिस दे विच प्री वैडिंग शूट हो रही हैं अलग अलग कंसैप्ट इन्होंने बनाया चाहे पिंड की लुक होवे चाहे किले की लुक होवे चाहे वाइट हाउस की गल कर रहे हैं चाहे वैसटर्न जिहड़ा इलाका हैगा उदा की जी लुक इन्होंने इत्थे तैयार की है तो वड्डी गिनती विच लोग इत्थे प्री वैडिंग करवाउण दे लई आउंदे ने ते लोकां नूं भी अपील कर रहे हैं कि बाहर जाण तों बजाए जेकर उन्हां कोल थां है तो वह इत्थे रह के ही अपना कुछ ना कुछ अजिहा कारोबार करन अते अपने परिवार विच रह के एक चंगा अर्न कर सकते हैं। पठानकोट तो जतिन शर्मा न्यूज़ 18 पंजाब।